ਨਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਅਤੇ ਮਹਾਰਾਣੀ ਪਰਨੀਤ ਕੌਰ ਜੀ ਵੱਲੋਂ ਸਮੁੱਚੇ ਪੰਜਾਬ ਦੇ ਸਮੁੱਚੇ ਅਫਸਰਾਂ ਵੱਲੋਂ ਅੱਜ ਅਪੀਲ ਕੀਤੀ ਗਈ ਆ ਜੋ ਸਟੇਟ ਗੌਰਮੈਂਟ ਵੱਲੋਂ ਕਿ ਤੁਸੀਂ ਆਪਣਾ ਕਰੋਨਾ ਟੈਸਟ ਕਰਵਾਓ। ਇਹ ਮਜ਼ਾਕ ਨਾ ਬਣਾਓ ਪੰਜਾਬ ਦੇ ਵਾਸੀਓ, ਹੁਣ ਪੀਕ 'ਤੇ ਹੈਗਾ। ਅਸੀਂ ਲੋਕਾਂ ਨੇ ਵੀ ਟੈਸਟ ਕਰਵਾਇਆ, ਸਾਡੇ ਬਹੁਤ ਵੱਡੀਆਂ ਕੀਮਤੀ ਜਾਨਾਂ ਜਾ ਚੁੱਕੀਆਂ ਹਨ। 1500 ਤੋਂ ਉੱਪਰ ਲੋਕ ਰੋਜ਼ ਕਰੋਨਾ ਪੋਜ਼ੀਟਿਵ ਆ ਰਹੇ ਹਨ ਅਤੇ ਕਰੀਬ 100 ਦੇ ਨੇੜੇ ਡੈਥਸ ਹੋ ਰਹੀਆਂ। ਸੋ ਆਪ ਜੀ ਨੂੰ ਹੰਬਲੀ ਰਿਕੁਐਸਟ ਆ ਵੀ ਤੁਸੀਂ ਕਰੋਨਾ ਟੈਸਟ ਕਰਾ ਕੇ ਆਪਣੇ ਘਰ ਹੀ ਕੁਆਰੰਟੀਨ ਹੋ ਜਾਓ, ਔਰ ਜਿਹੜੇ ਲੋਕ ਝੂਠੀਆਂ ਅਫਵਾਹਾਂ ਫੈਲਾ ਰਹੇ ਨੇ ਉਹਨਾਂ ਨੂੰ ਵੀ ਦੋ ਹੱਥ ਜੋੜ ਕੇ ਬੇਨਤੀ ਆ ਕਿ ਪੰਜਾਬ ਨੂੰ ਬਚਾਉਣਾ ਆ, ਪੰਜਾਬ ਦੇ ਨੌਜਵਾਨ ਪੰਜਾਬ ਦੇ ਲੋਕਾਂ ਦੀ ਜਾਨ ਨੂੰ ਸੁਰੱਖਿਆ ਕਰਨਾ ਆ ਆਪਾਂ, ਤਾਂ ਅਸੀਂ ਪੰਜਾਬੀ ਹਾਂ। ਸੋ ਸਾਰਿਆਂ ਨੂੰ ਦੋ ਹੱਥ ਜੋੜ ਕੇ ਪਰਸੋਤਮ ਲਾਲ ਖਲੀਫਾ ਵੱਲੋਂ ਵੀ ਬੇਨਤੀ ਆ ਕਿ ਜੋ ਮੁੱਖ ਮੰਤਰੀ ਪੰਜਾਬ ਜੀ ਨੇ ਆਪ ਜੀ ਨੂੰ ਅਪੀਲ ਕੀਤੀ ਆ ਉਸ 'ਤੇ ਫੁੱਲ ਚੜਾਓ, ਤੁਸੀਂ ਕਰੋਨਾ ਟੈਸਟ ਕਰਵਾਓ, ਸੋਸ਼ਲ ਡਿਸਟੈਂਸ ਰੱਖੋ, ਔਰ ਉਸ ਦੇ ਨਾਲ ਤੁਹਾਡਾ ਜੀਵਨ ਸੁਰੱਖਿਅਤ ਹੋ ਸਕਦਾ ਹੈ। ਜੈ ਹਿੰਦ।